ਜਵੇਂ ਉਹਨੂੰ ਸਿੱਧੂ ਨੌਜੋਦੀ ਇਹਦਾ ਬਿਆਨ ਆਇਆ ਸੀ ਕਿ ਆ ਪੁੰਡਾ ਦੇਗਾ ਨੀਲੀ ਪਾਗੜਾ ਅੰਮਾਰੇ ਬਰਤਾਂ ਮੁਤ ਕਰਦੇ ਥਾਣੇਦਾਰ ਦਾ ਕਿ ਪੁਲਿਸ ਹੈ ਤਾਂ ਤੋਸੀ ਹੈ ਤੁਹਾਡੀ ਪਾਵਰ ਹੈ ਠੀਕ ਹੈ ਨਾ ਬਿਨਾ ਪੁਲਿਸ ਤੋਂ ਤੁਸੀਂ ਤੁਹਾਡੀ ਕੀ ਪਾਵਰ ਹੈ ਟਕਟਕਲਾਂ ਵੇਕੇ ਸੋਚ ਚੱਕੀ ਕੀ ਦੋਕ ਦਿਨਾਂ ਬਾਅਦ ਉਹ ਕਿਹਦੀ ਸਰਗਰਮੀ ਜ਼ਿਆਦਾ ਆ ਜਾਂਦੀ ਹੈ ਜਾ ਕੇ ਥਾਣੇ ਸੁਨੇ ਚੱਕ ਕਰਨ ਲੱਗ ਗਈ ਪਰ ਉਦੋਂ ਪੁਲਿਸ ਦੇ ਦਿਲ ਚ ਵੀ ਕਿਤਨੇ ਕਿਤੇ ਆਇਆ ਯਾਰ ਆ ਕੀ ਗੱਲ ਹੈ ਯਾਰ ਪੁਲਿਸ ਨੇ ਉਹ ਇੰਨਾ ਤੇ ਵੀ ਬਿਆਨ ਆਇਆ ਹਾਜ਼ਰੀ ਲਾ ਕੇ ਤੇ ਮੈਂ ਆਪ ਦਾ ਬਹਿਣਾ ਕੁਰਸੀ ਤੇ ਲੈ ਕੇ ਕੈਨਸਲ ਕਰਤੀ ਸ਼ਾਮ ਦੇ 8 ਵਜੇ ਜਾਂਦੇ ਸਾਰੇ ਡੇੜੀ ਮਾਰ ਗਿਆ ਕਤਲ ਹੋ ਗਿਆ ਜੰਮ ਪਿਆ ਰੇ ਹੋ ਗਿਆ ਜੀ ਡਾਕਾ ਪੈ ਗਿਆ ਕੈਨਸਲ ਗੋਲੀਆਂ ਚੱਲ ਗਈਆਂ ਪੁਲਿਸ ਨੂੰ ਐਸਐਸਓ ਨੂੰ ਭਜਣਾ ਪੈਂਦਾ ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਔਰ ਰਾਤ ਨੂੰ ਜਿਹੜਾ ਸਪੋਰਟਸਮੈਨ ਆ ਪਲੇਅਰ ਆ ਉਹ ਤੋਂ ਖੇਡਦਾ ਵੀ ਦੋ ਪੈਗ ਲਾਉਂਦਾ ਤੇ ਅੱਠ ਨੇ ਆਪਣੀ ਕੁਆਟਰ ਦੇ ਮਗਰ ਥਾਣੇ ਦੇ ਵਿੱਚ ਕੁਆਟਰ ਦੇ ਦੋ ਪੈਗ ਉਹਨੇ ਲਾਉਣੇ ਵੀ ਤੇ ਹੁਣ ਆ ਕੇ ਜੋ ਉੱਥੇ ਆਪਾਂ ਚੰਗੇ ਤੇ ਰਾਤ ਨੂੰ 9 ਵਜੇ ਚੈਕਿੰਗ ਕਰਦਾਂਗੇ ਤੇ ਥਾਣੇਦਾਰ ਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰ ਇਕਬਾਲ ਸਿੰਘ ਸਾਡੇ ਨਾਲ ਅੱਜ ਮੌਜੂਦ ਨੇ ਸੰਦੀਪ ਲੁੰਬਾ ਜੀ ਜਿਹੜੇ ਕਿ ਜੈਤੋ ਤੋਂ ਸਮਾਜ ਸੇਵੀ ਐ ਰਾਜਨੀਤੀ ਦੇ ਉੱਪਰ ਚੰਗੀ ਪਕੜ ਰੱਖਦੇ ਐ ਲੁੰਬਾ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਸ ਟੀਵੀ ਆਸਟ੍ਰੇਲੀਆ ਬਹੁਤ ਸਾਰਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੇ ਜੀ ਸਭ ਤੋਂ ਪਹਿਲਾਂ ਬੇਨਤੀ ਪ੍ਰਵਾਨ ਕਰਨੀ ਦਾਸ ਦੀ ਹਾਜ਼ਰੀ ਪ੍ਰਮਾਣ ਕਰਨੀ ਤੁਹਾਡਾ ਬਹੁਤ ਸਾਰਾ ਧੰਨਵਾਦ ਜੀ ਇੰਡੋਸ ਟੀਵੀ ਆਸਟ੍ਰੇਲੀਆ ਤੁਹਾਡਾ ਬਹੁਤ ਸਾਰਾ ਪਹਿਲਾਂ ਮੈਂ ਇੰਡੋਸ ਦਾ ਧੰਨਵਾਦ ਕਰਦਾ ਹਾਂ ਤੁਸੀਂ ਇੱਥੇ ਗਰੀਬ ਦੇ ਅੱਜ ਆਏ ਤੇ ਮੇਰੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਲਈ ਧੰਨਵਾਦ ਤੁਹਾਡਾ ਜੀ ਲੰਬਾ ਜੀ ਸਰਕਾਰ ਬਣ ਗਈ ਹੈ ਲੋਕਾਂ ਨੇ ਬੜਾ ਵੱਡਾ ਫਤਵਾ ਦਿੱਤਾ ਹੈਗਾ ਸਰਕਾਰ ਦਾ ਜਿਹੜਾ ਕੰਮਕਾਰ ਹੁਣ ਤੱਕ ਦਾ ਜਿਹੜਾ ਰਿਹਾ ਪਰਫਾਰਮੈਂਸ ਰਹੀ ਉਹਨੂੰ ਕਿਵੇਂ ਦੇਖਦੇ ਹੋ ਸਰਕਾਰ ਦਾ ਜਿਹੜਾ ਹੁਣ ਤੱਕ ਦਾ ਸਰ ਕੰਮ ਹੈ ਕਿ ਤੇ ਕੁਇਕ ਤਾਂ ਸਭ ਤੋਂ ਪਹਿਲਾਂ ਅ ਭਗਵੰਤ ਸਿੰਘ ਮਾਨ ਜੀ ਕੋਲ ਨੇ ਐਮਪੀ ਦਾ ਐਕਸਪੀਰੀਅੰਸ ਸੀਗਾ ਪਹਿਲਾਂ ਦੋ ਵਾਰ ਦਾ ਠੀਕ ਹੈ ਜੀ ਤੀਜੀ ਗੱਲ ਇਹ ਹੈ ਕਿ ਆਉਂਦੇ ਆ ਸਾਰੇ ਇੱਕ ਰੀ ਜਿਵੇਂ ਹੁੰਦਾ ਨਾ ਵੀ ਥੋੜਾ ਜਿਹਾ ਸਿਸਟਮ ਨੂੰ ਦੇਖਣ ਚ ਪੰਜਾ ਦਿਨ ਲੱਗ ਜਾਂਦੇ ਆ ਇਹਨਾਂ ਨੇ ਇੱਕ ਤਾਂ ਜਿਹੜੀ ਦਫ਼ਤਰਾਂ ਦੀ ਹਾਜ਼ਰੀਆਂ ਹੋਜ ਰੀਆਂ ਉਹ ਵਧੀਆ ਕੀਤੀਆਂ ਇਹਨਾਂ ਨੇ ਦੂਜੀਆਂ ਕ੍ਰਾਪਸ਼ਨ ਦੀਆਂ ਜਿਹੜੀਆਂ ਇਹਨਾਂ ਨੇ ਲਾਈਨਾਂ ਖੋਲੀਆਂ ਤੀਜਾ ਇਹਨਾਂ ਨੇ ਜਿਹੜਾ ਕਿਹਾ ਵੀ ਜੁੱਗੇ ਹਰੇਕ ਬੰਦੇ ਨੂੰ ਜੇ ਮੈਨੂੰ ਕੰਮ ਆ ਮੈਂ ਆਪਦੀ ਵਾਈਫ ਦੀ ਬਦਲੀ ਕਰਾਉਣੀ ਆ ਜੇ ਟੀਚਰ ਲੱਗੇ ਜਾਂ ਮੇਰੇ ਕੋਲ ਡਾਕਟਰ ਉਹਨਾਂ ਨੂੰ ਐ ਕਰਾਉਣਾ ਜਾਂ ਕੋਈ ਤਾਂ ਮੈਨੂੰ ਚੰਡੀਗੜ੍ਹ ਜਾਣਾ ਪੈਂਦਾ ਸੀ ਐਮ ਹਾਊਸ ਦੇ ਵਿੱਚ ਠੀਕ ਹੈ ਜੀ ਸਭ ਤੋਂ ਵੱਡਾ ਇਹਨਾਂ ਨੇ ਕੰਮ ਇੱਕ ਵਧੀਆ ਕਰਤਾ ਕਿ ਹੁਣ ਚੰਡੀਗੜ੍ਹ ਜਾਣ ਦੀ ਜ਼ਰੂਰਤ ਨਹੀਂ ਕਿੰਨਾ ਸਮਾਂ ਬਚਦਾ ਪੈਸਾ ਧਨ ਬਚਦਾ ਤੇਲ ਬਚਦਾ ਉਹ ਹਰੇਕ ਜ਼ਿਲ੍ਹੇ ਦੇ ਵਿੱਚ ਇਹਨਾਂ ਨੇ ਜਿਹੜੀਆਂ ਟੀਮਾਂ ਗਠਿਤ ਕੀਤੀਆਂ ਕਿ ਤੁਹਾਡੇ ਉਹ ਵੱਡੇ ਲੈਵਲ ਦੇ ਅਫਸਰ ਉੱਥੇ ਉਹ ਦੇਖਣਗੇ ਸੀਐਮ ਹਾਊਸ ਦਾ ਕੰਮ ਹੁਣ ਜ਼ਿਲ੍ਹਿਆਂ 'ਚ ਹੋਊਗਾ ਉਹਦੇ ਦਾ ਵਧਾਈ ਦੇ ਪਾਤਰ ਹੁਣ ਜਿਹੜੀ ਗੱਲ ਰਹਿ ਗਈ ਇਹ ਤਾਂ ਪੋਜਿਟਿਵਿਟੀ ਇਹਨਾਂ ਦੀ ਜਿਹੜੀਆਂ ਅੱਛੀਆਂ ਚੀਜ਼ਾਂ ਸੀਗੀਆਂ ਬਹੁਤ ਵਧੀਆ ਵਧਾਈ ਦੇ ਪਾਤ੍ਰ ਆਮ ਆਦਮੀ ਦੇ ਆਗੂ ਪਹਿਲੇ ਜਿਹੜੇ ਪੰਜਾ ਦਿਨ ਥਾਣੇ ਥੁਨੇ ਵੀ ਇਹਨਾਂ ਨੇ ਚੈੱਕ ਕੀਤੇ ਉਹ ਕਿਤੇ ਪੁਲਿਸ ਨੂੰ ਪੁਲਿਸ ਨੇ ਤਾਂ ਹਾਲਾਂਕਿ ਇਕਾਲੀਆਂ ਕਾਂਗਰਸੀਆਂ ਨੂੰ ਛੱਡ ਕੇ ਇਹਨਾਂ ਨੇ ਵੋਟਾਂ ਪਾਈਆਂ ਜੀ ਇਹ ਤਾਂ ਨੋ ਡਾਊਟ ਕਿ ਸਾਰੇ ਪੰਜਾਬ ਦੇ ਵਿੱਚ ਦੇਖ ਲਓ ਵੀ ਪੰਜਾਬ ਪੁਲਿਸ ਨੇ ਜਾਂ ਸਰਕਾਰੀ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਕਿ ਲੋਕ ਕਈ ਵਾਰ ਸੋਚਦੇ ਵੀ ਸਰਕਾਰੀ ਅਫਸਰ ਵੀ ਦੂਜੀਆਂ ਪਾਰਟੀਆਂ ਤੋਂ ਕਈ ਵਾਰ ਅੱਕ ਜਾਂਦੇ ਆ ਜਿਵੇਂ ਹੁਣ ਸਿੱਧੂ ਨਵਜੋਤ ਜੀ ਦਾ ਬਿਆਨ ਆਇਆ ਸੀ ਕਿ ਆ ਮਿੰਡਾ ਬੜਕਾ ਮੂਤ ਕਰਦੇ ਥਣੇਦਾਰ ਦਾ ਉਹ ਐਹੋ ਜੀ ਚੀਜ਼ਾਂ ਲੈ ਕੇ ਬੈਠ ਗਿਆ ਕਾਂਗਰਸ ਪਾਰਟੀ ਨੂੰ ਜਿਹੜੀ ਕਿ 100 ਸਾਲ 90 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਗਾਲੀ ਦਾ 80 90 ਸਾਲ ਪੁਰਾਣੀ ਪਾਰਟੀ ਹੈ ਇਸ ਤਰ੍ਹਾਂ ਨਹੀਂ ਨਾ ਬੋਲਣਾ ਚਾਹੀਦਾ ਪੰਜਾਬ ਪੁਲਿਸ ਦਾ ਸਤਿਕਾਰ ਕਰਨਾ ਚਾਹੀਦਾ ਫਿਰ ਕਿੰਨੇ ਡਿਪਟੀ ਸਾਹਿਬ ਦੇ ਵੱਡੇ ਵੱਡੇ ਅਫਸਰਾਂ ਨੇ ਬਿਆਨ ਵੀ ਇਹਨਾਂ ਦੇ ਖਿਲਾਫ ਆਏ ਸਿੱਧੂ ਦੇ ਕਿ ਐਂ ਕਰ ਕਿ ਸਿੱਧੂ ਸਾਹਿਬ ਦੀ ਗ੍ਰੇਟ ਮੈਂ ਜੇ ਤੂੰ ਇੰਨਾ ਹੀ ਆਪਦੇ ਆਪ ਨੂੰ ਹੀਰੋ ਸਮਝਿੰਦਾ ਤੇ ਇੱਕ ਦੋ ਗਨਮੈਨ ਵੀ ਜਿਹੜੇ ਤੈਨੂੰ 40 ਗਨਮੈਨ ਮਿਲੇ ਤੂੰ ਇੱਕ ਵੀ ਗਨਮੈਨ ਤੈਨੂੰ ਅਸੀਂ ਦਿੰਦੇ ਨਹੀਂ ਤੇ ਤੂੰ ਆਪਦੀ ਗੱਡੀ ਤੇ ਨਾ ਇੱਕ ਲਾਲ ਬੱਤੀ 'ਚ ਦੋ ਬਾਅਦ ਜਦੋਂ ਆਪਣੀ ਲੈਣਾ ਜੀ ਲੱਗੇਗਾ ਪਾਰ ਕਰਕੇ ਦਿਖਾਇਆ ਕਿ ਰਖਸ਼ੇ ਵਾਲਾ ਵੀ ਤੇਰੇ ਨਾਂ ਤੇ ਨਕ ਤੌਣ ਚਪਾਲੇ ਕਿਲਾ ਤਾਂ ਕਹਿੰਦਾ ਮਤਲਬ ਕਿ ਪੁਲਿਸ ਹੈ ਤਾਂ ਤੋਸੀ ਹੈ ਤੁਹਾਡੀ ਪ ਠੀਕ ਹੈ ਨਾ ਬਿਨਾ ਪੁਲਿਸ ਤੋਂ ਤੁਸੀਂ ਤੁਹਾਡੀ ਕੀ ਪਾਵਰ ਤੁਸੀਂ ਪੁਲਿਸ ਨੂੰ ਕਿੰਨੇ ਵੀ ਮੂਤ ਕੱਢ ਦੋਗੇ ਤੇ ਇਹ ਵੀ ਇੱਕ ਕਾਰਨ ਆ ਹਾਰ ਦਾ ਆਮ ਆਦਮੀ ਦੇ ਪੰਜਾਬ ਪੁਲਿਸ ਨੇ ਪਾਈ ਪਰ ਉਸ ਤੋਂ ਬਾਅਦ ਜਿੱਤਣ ਤੋਂ ਬਾਅਦ ਜਦੋਂ ਜਿੱਤ ਗਏ ਰਿਜ਼ਲਟ ਆ ਗਿਆ ਨੱਚਲੇ ਟੱਪਲੇ ਤੋਂ ਤਮੱਕੇ ਰੰਗ ਹੋ ਗਿਆ ਸੌ ਚੱਕ ਅ ਖਟਕਟ ਕਲਾਵੇ ਕਿ ਸੌ ਚੱਕੀ ਕੀ ਦੋਕ ਦਿਨਾਂ ਬਾਅਦ ਹੀ ਉਹ ਕਹਿੰਦੀ ਸਰਗਰਮੀ ਜ਼ਿਆਦਾ ਆ ਜਾਂਦੀ ਹੈ ਵੀ ਕੋ ਲਹਿਰ ਆ ਗਈ ਪਹਹਾਲ ਤੂਫਾਨ ਜ ਆ ਜਾਂਦਾ ਨਾ ਜਾ ਕੇ ਥਾਣੇ ਥੋਣੇ ਚੈੱਕ ਕਰਨ ਲੱਗੇ ਫਿਰ ਉਹ ਤੋਂ ਪੁਲਿਸ ਦੇ ਦਿਲ ਚ ਵੀ ਕਿਤੇ ਨਾ ਕਿਤੇ ਆਇਆ ਯਾਰ ਆ ਕੀ ਗੱਲ ਆ ਯਾਰ ਫਿਰ ਪੁਲਿਸ ਦੇ ਉਹ ਇਹਨਾਂ ਦੇ ਵੀ ਬਿਆਨ ਆਏ ਕਿ ਇਹ ਕੌਣ ਹੁੰਦੇ ਆ ਜੀ ਆਗੇ ਥਾਣੇ ਚ ਮੈਂ ਉਹਨਾਂ दारू ਪੀ ਰਿਹਾ ਆ ਪੀ ਰਿਹਾ ਉਹ ਕਹਿੰਦਾ ਜਨੇ 24 ਘੰਟੇ ਦੀ ਡਿਊਟੀ ਕਰਨੀ ਹੈ ਉਹ ਮੇਰਾ ਥਾਣੇ ਦਾ ਦਫਤਰ ਹੈ ਮੈਂ ਸਵੇਰੇ 8 ਵਜੇ ਪੂਜਾ ਕਰਕੇ ਗੁਰੂ ਸਾਹਿਬਾਨਾਂ ਦੀ ਹਾਜ਼ਰੀ ਲਾ ਕੇ ਮਹਾਰਾਜ ਸੱਚੇ ਪਾਤਸ਼ਾਹ ਭੋਲੇनाथ ਨੂੰ ਮੰਨ ਕੇ ਜੋ ਵੀ ਧਰਮ ਉਹਨੂੰ ਮੰਨ ਕੇ ਬਾਬਾ ਸਾਹਿਬ ਨੂੰ ਜਾਂ ਕਿਸੇ ਵੀ ਧਰਮ ਦੇ ਹਾਜ਼ਰੀ ਲਾ ਕੇ ਤੇ ਮੈਂ ਆਪਦਾ ਬੈਨਾ ਕੁਰਸੀ ਤੇ ਲੈ ਕੇ ਪੈਨਸਲ ਕਾਪੀ ਸ਼ਾਮ ਦੇ 8 ਵਜੇ ਜਾਂਦੇ ਸਾਰੀ ਦੇੜੀ ਮਾਰ ਗਿਆ ਕਤਲ ਹੋ ਗਿਆ ਜੰਮ ਪਿਆ ਰੇਪ ਹੋ ਗਿਆ ਜੀ ਢੱਕਾ ਪੈ ਗਿਆ ਗੈਂਗਸਟਰ ਗੋਲੀਆਂ ਚੱਲ ਗਈਆਂ ਪੁਲਿਸ ਨੂੰ ਐਸਐਚਓ ਨੂੰ ਭਜਣਾ ਪੈਂਦਾ ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਔਰ ਰਾਤ ਨੂੰ ਹੁਣ ਜਿਹੜਾ ਸਪੋਰਟਸਮੈਨ ਆ ਪਲੇਅਰ ਆ ਉਦੋਂ ਖੇਡਦਾ ਵੀ ਦੋ ਪੈਗ ਲਾਉਂਦਾ ਉਹ ਤੇ ਅੱਖ ਨੇ ਆਪਣੇ ਕੁਆਟਰ ਚ ਮਗਰ ਥਾਣੇ ਦੇ ਵਿੱਚ ਕੁਆਟਰ ਤੇ ਦੋ ਪੈਗ ਉਹਨੇ ਲਾਉਣੇ ਵੀ ਪੈਂਦੇ ਆ ਤੇ ਹੁਣ ਆਕੇ ਜੇ ਉੱਥੇ ਆਪਾਂ ਚਨ ਚੇਤ ਰਾਤ ਨੂੰ 9 ਵਜੇ ਚੈਕਿੰਗ ਕਰਦਾਂਗੇ ਉਹ ਤੇ ਥਾਣੇਦਾਰ ਦਾ ਕੀ ਕਸੂਰ ਹੈ ਜੀ ਹੁਣ ਉਹਦਾ ਘਰ ਉਹੀ ਹੁਣ ਕਿਹੜੇ ਬਲੇ ਦਾਰੂ ਪੀ ਹੋਏ ਦੋ ਪੈਗ ਲੈ ਕੇ ਨੂੰ ਸੋਣਾ ਉਹ ਫਿਰ ਵੀ ਆਪਣੀ ਆਫ ਕਰਦਾ ਇਕਰੀ 8-9 ਵਜੇ ਵੀ ਇਕਰੀ ਮੈਂ ਹੁਣ ਵਰਦੀ ਤੋਂ ਆਫ ਹੋ ਰਿਆਂ ਫਿਰ ਵੀ ਉਹ ਸਿਵਲ ਦੇ ਵਿੱਚ ਐਸਐਚਓ ਸਾਹਿਬ ਕਰੀ ਦੇਖਣ ਚੈਕਿੰਗ ਕਰਦੇ ਹੁੰਦੇ ਆ ਉਹ 24 ਘੰਟੇ ਦੀ ਡਿਊਟੀ ਦੇ ਵਿੱਚ ਫਿਰ ਐ ਹੀ ਹੋਊਗਾ। ਉਸ ਦਿਵਾਰ ਫਿਰ ਭਗਵੰਤ ਮਾਨ ਜੀ ਨੇ ਇਹਨਾਂ ਨੂੰ ਐ ਵੀ ਕਿਹਾ ਵੀ ਭਾਈ ਆਪਾਂ ਐ ਨਹੀਂ ਕਰਨਾ। ਸਾਰੇ ਲੋਕਾਂ ਨੂੰ ਨਿਮਰਤਾ ਸਹਿਤ ਹੌਲੀ-ਬੋਲ ਕੇ ਗੱਲ ਸੁਣਨੀ ਹੈ। ਲੋਕਾਂ ਦੀ ਵੱਧ-ਤੋਂ ਆਵਾਜ਼ ਸੁਣਨੀ ਹੈ। ਬਾਕੀ ਹੋ ਜਾ ਨਵੀਂ ਸਰਕਾਰਾਂ 1.5 ਮਹੀਨਾ ਮੇਰੇ ਖਿਆਲ ਚ ਜੇ ਅਪ੍ਰੋਕਸੀਮੇਟਲੀ ਇਹਨਾਂ ਨੂੰ ਹੋਇਆ। ਸਮਾਂ ਲੱਗਦਾ ਬਾਕੀ ਇਹਨਾਂ ਨੇ ਇੱਕ ਕੰਮ ਗਲਤ ਬਹੁਤ ਕੀਤਾ ਜੀ। ਕੀ ਗਲਤ ਹੋ ਗਿਆ? ਗਲਤ ਇਹ ਕੀਤਾ ਕਿ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨਾ ਉਦੋਂ ਆਪਾਂ ਕਿੰਨੇ ਸਾਰੇ ਵਾਅਦੇ ਕਰ ਦਿੰਨੇ ਐ ਐਲਾਨ ਕਰ ਦਿੰਨੇ ਆ ਆਪਣੀ ਇਨਕਮ ਆਫ ਸੋਰਸ ਤੇ ਆਪਾਂ ਦੇਖਦੇ ਨਹੀਂ ਕਿ ਪੰਜਾਬ ਪਹਿਲਾਂ ਹੀ ਕਰਜ਼ੇ ਨਾਲ ਤਾਂ ਡੁੱਬਿਆ ਹੋਇਆ ਸਰ ਦੇਖੋ ਜਿੰਨਾ ਚਿਰ ਇੱਥੋਂ ਚੰਗੀ ਤਰ੍ਹਾਂ ਨਸ਼ਾ ਮੁਕਤ ਨਹੀਂ ਹੋ ਜਾਂਦਾ ਪੰਜਾਬ ਇੱਥੇ ਕੋਈ ਚੰਗੀਆਂ ਇੰਡਸਟਰੀਆਂ ਨਹੀਂ ਲੱਗਦੀਆਂ ਇੱਕ ਗੱਲਾਂ ਕਰ ਰਹੇ ਸੁਪਨੇ ਆ ਉਹ ਪਤਾ ਨਹੀਂ ਕਦੋਂ ਪੂਰੇ ਹੋਣਗੇ ਇੱਕ ਇਹ ਕਹਿੰਦੇ ਤਾਂ ਡ੍ਰੀਮ ਪੂਰੇ ਕਰਦੇ ਆ ਕਿ ਕਿ ਫੋਰਨ ਕੰਟਰੀ ਤੋਂ ਆ ਕੇ ਬੰਦੇ ਇੱਥੇ ਨੌਕਰੀਆਂ ਕਰਿਆ ਕਰਨਗੇ ਉਹ ਤਾਂ ਚਲੋ ਪੋਸੀਬਲ ਹੀ ਨਹੀਂ ਆ ਜੀ ਮੈਂ ਅੱਜ ਵੀ ਤੁਹਾਨੂੰ ਪੋਸੀਬਲ ਕਿਉਂ ਨਹੀਂ ਹੈ ਮੈਂ ਪਹਿਲੇ ਵੀ ਪੰਜਾਬ ਕਹਿੰਦੇ ਇਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਲੇ ਸਾਰਾ ਕੁਝ ਹੁੰਦਾ ਸਮਾਂ ਲੱਗੂਗਾ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਲੇ ਇੰਨੇ ਕਰਪਟ ਨੇਤਾ ਨਹੀਂ ਹੁੰਦੇ ਸੀ ਇੰਨੇ ਕਰਪਟ ਅਫਸਰ ਨਹੀਂ ਹੁੰਦੇ ਸੀ ਇੰਨੇ ਕਰਪਟ ਲੋਕ ਨਹੀਂ ਹੁੰਦੇ ਸੀ ਔਰ ਇੰਨੇ ਸ਼ਿਹਾਰ ਲੋਕ ਵੀ ਨਹੀਂ ਹੁੰਦੇ ਸੀ ਕਿ ਜਦੋਂ ਜਿੱਥੇ ਲక్ష్ਮੀ ਦਾ ਕੰਮ ਕਰਾ ਕੇ ਸਾਰੇ ਕਿਤੇ ਕੰਮ ਚੱਲ ਜਾਂਦਾ ਸੀ ਅੱਜ ਦੇ ਦੌਰ ਦੇ ਵਿੱਚ ਕੜਕੀ ਜਿਹਦੀ ਜੇਬ ਜੇ 1 ਮਿੰਟੋ ਮਿੰਟੇ ਕੰਮ ਹੋ ਜਾਂਦਾ ਮੇਰੇ ਵਰਗਾ ਲੈਣਾ ਚ ਲੱਗਿਆ ਰਹਿ ਜਾਂਦਾ ਗਰੀਬ ਆਦਮੀ ਦੀ ਸੁਣਵਾਈ ਕਰਨੀ ਦਫਤਰਾਂ ਚ ਉਹਨੂੰ ਵਿਚਾਰੇ ਨੂੰ ਇਹ ਨਹੀਂ ਬਦਲਦਾ ਇੱਥੋਂ ਜਾ ਕੇ ਉੱਥੇ ਹਾਂ ਇੱਕ ਡਰਾਈਵਿੰਗ ਟੈਸਟ ਹੀ ਦੇਣਾ ਇੱਕ ਆ ਹੀ ਲਾ ਲੋ ਵੀ ਉਹਦੇ ਹਾਸਤੇ ਇੱਕ ਕਤਲ ਦੇ ਕੇਸ ਤੋਂ ਨਿਕਲਣ ਤੋਂ ਘੱਟ ਕੰਮ ਨਹੀਂ ਜਿਹੜਾ ਉਹਦੇ ਇੰਨੇ ਇੱਕ ਦਿਨ ਦੇ ਵਿੱਚ ਇੰਨਾ ਕੁਝ ਉੱਥੇ ਕਰਨਾ ਪੈਂਦਾ ਹਾਂ ਹਾਂ ਸਮਾਂ ਲੱਗੂਗਾ ਇਹ ਨਹੀਂ ਮੈਂ ਚਲੋ ਭਗਵੰਤ ਮਾਨ ਜੀ ਨੇ ਕਿਹਾ ਵਧੀਆ ਗੱਲ ਹੈ ਪਰ ਹਜੇ ਮਹੀਨਾ ਤਾਂ ਇੱਕ ਹੋਇਆ ਜੀ ਹਜੇ ਤਾਂ ਚੰਗੀ ਤਰ੍ਹਾਂ ਪੰਜ ਚਾਰ ਮਹੀਨੇ ਇਹਨਾਂ ਨੂੰ ਸਮਝਣ ਤੇ ਵੀ ਇਸ ਚੀਜ਼ ਦੇ ਲੱਗਣਗੇ ਕਿ ਆਪਾਂ ਇਹਨੂੰ ਕਿਵੇਂ ਕਿੰਨਾ ਪੈਸੇ ਦੀ ਪੂੰਜੀ ਹੈ ਕਿੰਨੀ ਇਨਵੈਸਟਮੈਂਟ ਹੈ 3 ਕਰੋੜ ਬੰਦਾ ਦੇਖੋ ਪੰਜਾਬ ਦਾ 3 ਕਰੋੜ ਬੰਦੇ ਦਾ ਕਿੰਨੀ ਆਮਦਨ ਆਪਾਂ ਨੂੰ ਆ ਰਹੀ ਹੈ ਕਿੰਨਾ ਪੈਸਾ ਆਪਣਾ ਸੈਂਟਰ 'ਚ ਐਕਸਰਸਾਈਜ਼ 'ਚ ਜਾ ਰਿਹਾ ਕਿੰਨਾ ਇੱਥੇ ਆ ਰਿਹਾ ਹੈ ਬਾਕੀ ਵਧਾਈ ਦੇ ਪਾਤਰਾ ਪਹਿਲੇ ਮਹੀਨੇ 25000 ਕਰੋੜ ਰੁਪਏ ਨਾਲ 24000 ਸਮਥਿੰਗ 700 ਕਰੋੜ 24700 ਕਰੋੜ ਰੁਪਈਆ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਮਾਨਣੀਏ ਪੰਜਾਬ ਨੇ ਬਹੁਤ ਵਧੀਆ ਗੱਲ ਹੈ ਖੁਸ਼ ਦੀ ਗੱਲ ਹੈ ਕਿ ਇਹਨਾਂ ਨੇ ਪੰਜਾਬ ਦੇ ਖਜ਼ਾਨੇ 'ਚ ਵਾਧਾ ਕੀਤਾ ਅਰੇ ਰਿਸ਼ਵਤ ਖਤਮ ਹੋਈ ਹੈ ਰਿਸ਼ਵਤ ਜਾਂ ਹੋਰ ਜਿਹੜਾ ਚੀਜ਼ਾਂ ਖਤਮ ਹੋਈਆਂ ਸਮਾਂ ਲੱਗੂਗਾ ਹਜੇ ਨਹੀਂ ਰਿਸ਼ਵਤ ਕਿੱਥੇ ਖਤਮ ਹੋ ਜੂਗੀ ਜੀ ਇੱਕ ਪੈਸੇ ਦਾ ਮਤਲਬ ਨਹੀਂ ਜੀ ਇਹ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਰਿਸ਼ਵਤ ਖਤਮ ਹੋ ਜੇ ਬਹੁਤ ਸਮਾਂ ਲੱਗੂਗਾ ਕਾਨੂੰਨ ਹੈਗੇ ਆ ਸਖਤ ਹੀ ਨਾ ਪਾਲਣਾ ਹੈ ਨਹੀਂ ਜਿੰਨਾ ਚਿਰ ਸਰਕਾਰੀ ਅਦਾਰੇ ਹੋਣ ਵੱਡੇ ਲਿਮਟਿਡ ਅਦਾਰੇ ਜਿਹੜੇ ਸਰਕਾਰ ਅੰਡਰ ਚੱਲਦੇ ਹੋਣ ਉਹਨਾਂ ਦੇ ਜਿਹੜੇ ਵੱਡੇ ਵੱਡੇ ਮਗਰਮੱਛ ਵੱਡੇ ਦਿਮਾਗਾਂ ਵਾਲੇ ਵੱਡੀਆਂ ਪਾਵਰਾਂ ਵਾਲੇ ਵੀ ਚੱਕਦੇ ਧਰਦੇ ਆਂਗੇ ਕਰਨ ਵਾਲੇ ਵੀ ਕੋਈ ਚੱਕਰ ਹੀ ਨਹੀਂ ਜਿੰਨਾਂ ਨੂੰ ਡਰੀ ਇੱਕ ਪੈਸੇ ਦੀ ਨਹੀਂ ਜਿੰਦਾ ਚਿਹਰੇ ਉਹਨਾਂ ਤੇ ਲਗਾਮ ਨਹੀਂ ਨਾ ਕੱਸੀ ਜਾਂਦੀ ਲਗਾਮ ਵੀ ਜਿੰਨਾ ਚਿਰ ਪਾਵਰ ਸੱਤਾ ਚ ਜਿਵੇਂ ਮਾਨ ਸਾਹਿਬ ਚੰਗੀ ਤੇਰਾ ਸ਼ਕੰਜਾ ਨਹੀਂ ਕੱਸਦੇ ਵੀ ਭਾਈ ਛੱਡਣਾ ਨਹੀਂ ਜੇ ਤੂੰ ਫਸ ਗਿਆ ਤਾਂ ਪਹਿਲਾਂ ਵਾਲੇ ਕੰਮ ਗਏ ਉਹਨਾਂ ਚ ਰਿਸ਼ਵਤ ਖੋਰੀ ਬੰਦ ਨਹੀਂ ਹੁੰਦੀ ਤੇ ਉਹ ਹਜੇ ਲਗਾਮ ਕੱਸਨੀ ਬਹੁਤ ਔਖੀ ਹੈ ਕਿਉਂਕਿ ਕੋਈ ਨਾ ਕੋਈ ਕਿਸਦਾ ਚਾਚਾ ਤਾਇਆ ਨੰਬਰ ਤਾਂ ਜਾਰੀ ਹੋ ਗਿਆ ਨੰਬਰ ਤਾਂ ਦੇ ਤਾਂ ਨੰਬਰ ਜਾਰੀ ਹੋ ਗਿਆ ਜੀ ਨੰਬਰ ਹੁਣ ਮੈਂ ਕਹਿੰਦਾ ਮੈਂ ਕੰਮ ਕਰਾਉਣਾ ਜਿਵੇਂ ਮੈਂ ਕਿਸੇ ਅਫਸਰ ਤੋਂ ਸੋਚ ਲਵਾਂ ਵੀ ਮੈਂ ਲੱਗਣਾ ਸਰ ਇੱਕ ਨੌਕਰੀ ਨਿਕਲੇ ਮੈਨੂੰ ਲਵਾ ਦਿਓ ਅਗਲੇ ਕਹਿੰਦਾ 25000 ਰੁਪਏ ਦੇ ਰਕਰ ਆਦਨੇ ਕੰਮ 25000 ਰੁਪਏ ਦੀ ਸਾਹ ਨਾਲ ਗੱਲ ਹੋਗੀ ਤੂੰ ਦੇ ਦੇ 25000 ਰੁਪਏ ਹੁਣ ਮੈਂ ਜਿਹਨੂੰ 25000 ਰੁਪਏ ਦਊਂਗਾ ਮੈਂ ਉਹਦੀ ਵੀਡੀਓ ਕਿਉਂ ਬਣਾਉਂਗਾ ਉਹ ਤਾਂ ਮੇਰਾ ਕੰਮ ਕਰਾਈ ਜਾਂਦਾ ਕੋਣ-ਕੋਣ ਵੜੂਗਾ ਮੈਂ ਤਾਂ ਆਪਦਾ ਕੰਮ ਕਰਾਉਣਾ ਆ ਆ ਗੱਲ ਹੈ ਜੀ ਨਹੀਂ ਨਹੀਂ ਵੀਡੀਓ ਤਾਂ ਸਾਹਮਣੇ ਆ ਹੀ ਰਹੀਆਂ ਨਾ ਵੀਡੀਓ ਤਾਂ ਬਣੀ ਜਾਂਦੀਆਂ ਉਹ ਵੀਡੀਓ ਬਣੀ ਜਾਂਦੀ ਤੁਹਾਨੂੰ ਦੇ ਕਾਰਵਾਈਆਂ ਹੋ ਜਾਣਗੇ ਮੈਂ ਇਹ ਗੱਲ ਦੇ ਦੋ ਵਿਸ਼ੇ ਬਣ ਗਏ ਸਰ ਤੁਸੀਂ ਦੇਖੋ ਮੈਂ ਇਹ ਕਹਿ ਰਿਹਾ ਵੀ ਜਿਵੇਂ ਮੈਂ ਆਪਦਾ ਕੰਮ ਕਰਾਉਣਾ ਕਿਸੇ ਅਫਸਰ ਤੋਂ ਕਿ ਸਾਰਾ ਕਰ ਦਿਓ ਜੀ ਮੜਾ ਜਾ ਕੰਮ ਤੁਹਾਡੇ ਇੱਕ ਘੁੱਗੀ ਮਾਰਨ ਨਾਲ ਚੱਲ ਮੇਰਾ ਕੰਮ ਹੋ ਜਾਊਗਾ ਤੇ ਆ ਮੈਂ ਕਰ ਦੇਣਾ ਚਾਹ ਪਣੀ ਅਗਲਾ ਕਹਿੰਦਾ ਚੱਲ ਕੋਈ ਨਹੀਂ ਉਹ ਕਰਤੀ ਸੈਟਿੰਗ ਸ਼ਾਮ ਨੂੰ ਉਹ ਕੰਮ ਕਰਾ ਲਿਆ ਪੈਸੇ ਦੇ ਤੇ ਕੰਮ ਹੋ ਗਿਆ ਰੇਤ ਮਾਫੀਤ ਬੰਦ ਨਹੀਂ ਹੁੰਦੀ ਰੇਤ ਮਾਫੀਆ ਰੇਤ ਮਾਫੀਏ ਤੇ ਥੋੜੀ ਜਿਹੀ ਲਗਾਮ ਪਈ ਹੈ ਜੀ। ਰੇਤ ਮਾਫੀਆ ਥੋੜਾ ਜਿਹਾ ਅਲਰਟ ਕੀਤਾ ਜਿਹੜੀ ਗੱਲ ਵਧਾਈ ਦੇ ਪਾਤਰ ਐਵੇਂ ਗਲਤ ਗੱਲ ਨਹੀਂ ਕਰਨੀ ਜੀ। ਮਾਈਨਿੰਗ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਅਹਿਮ ਰੋਲ ਸੀ। ਮਾਈਨਿੰਗ ਤੇ ਖਰੇ ਉੱਤਰ ਦੀ ਨਜ਼ਰ ਆ ਰਹੀ ਐ। ਬਾਕੀ 1 ਮਹੀਨਾ 1.5 ਮਹੀਨਾ ਨਜ਼ਰ ਆਇਆ ਹਜੇ ਥੋੜਾ ਜਿਹਾ 1.5-4 ਮਹੀਨੇ ਪੜਾ ਦੇਖੀਏ। 6 ਮਹੀਨੇ ਦੇ ਇੱਕ ਪੜਾ ਹੈ। ਠੀਕ ਹੈ ਨਾ ਇੱਕ ਇੱਕ ਸਾਲ ਦਾ ਹਾਂ ਦੋ ਪੜਾ ਹੋ ਗਏ 10 ਪੜਾਾਂ ਦੇ ਵਿੱਚ ਸਰਕਾਰ ਦੇ ਕੰਮ ਹੋਣੇ ਆ। 6 ਕੁ ਮਹੀਨੇ ਦਾ ਆਪਾਂ ਮੰਨ ਕੇ ਚੱਲੀਏ 6 ਮਹੀਨੇ ਵਿੱਚ ਤਾਂ ਕਹਿ ਰਹੇ ਆ ਕਿ ਕਾਫੀ ਬਹੁਤ ਮਹਿਕਮੇ ਆ ਇੰਨੇ ਮਹਿਕਮਿਆਂ ਤੇ ਇਕੱਲੇ ਇੱਕ ਐਮਐਲਏ ਸਾਹਿਬ ਜਿਵੇਂ ਸਾਡੇ ਉਨੇ ਤੇ ਇੱਕ ਐਮਐਲਏ ਸਾਹਿਬ ਹੈ ਹੁਣ ਇੰਨੇ ਮਹਿਕਮਿਆਂ ਤੇ ਇਕੋ ਨਾ ਮ ਇੱਕ ਦਿਨ ਚ ਫੋਕਸ ਕਰਨਾ ਔਖਾ ਹੈ ਇੱਕ ਵੱਡੀ ਗੱਲ ਇਹ ਹੈ ਕਿ ਟਾਈਮ ਲੱਗੂਗਾ ਰੇਟ ਮਾਰਕੀਟ ਦੇ ਰੇਟ ਘਟੇ ਆ ਰੇਤੇ ਦੇ ਮਾਰਕੀਟ ਦੇ ਰੇਟ ਥੋੜੇ ਘਟੇ ਆ ਜੀ ਹੂੰ ਮਾਰਕੀਟ ਦੀ ਰੇਟ ਘਟੇ ਆ ਹੂੰ ਮਾਰਕੀਟ ਦੇ ਰੇਟ ਅੱਗੇ ਨਾਲੋਂ ਥੋੜੇ ਜੇ ਘਟੇ ਆ ਪਰ ਹਜੇ ਸਹੀ ਤੁਹਾਨੂੰ ਮੈਂ ਜਿਹੜਾ ਟਾਈਮ ਇਹਨਾਂ ਟਾਈਮ ਆਫ ਪੀਰੀਅਡ 6 ਮੰਥਸ ਲੋਕਾਂ ਨੂੰ ਥੋੜਾ ਦੇਖਣਾ ਚਾਹੀਦਾ ਇੱਕ ਉਹਦਾ ਮਰਦਾ ਬਾ ਜਿੰਦਾ ਬਾਦ ਹਜੇ ਥੋੜਾ ਸਮਾਂ ਲਾਉਣਗੇ ਹੁਣ ਮੈਂ ਵੀ ਥੋੜੇ ਦਿਨ ਪਹਿਲਾਂ ਇੱਥੇ ਕੋਈ ਕਰਪਟ ਅਫਸਰ ਸੀ ਤੇ ਅਸੀਂ ਉਹਦੇ ਕਾਫੀ ਸਾਰੀਆਂ ਵੀਡੀਓ ਆ ਵਾਇਰਲ ਕੀਤੀਆਂ ਮੇਰੇ ਕੋਲ ਉਹਦਾ ਹਵਾਲਾ ਨੰਬਰ ਵੀ ਆ ਗਿਆ ਹੈ ਬਿਜ਼ਨਸ ਦੀ ਜਾਂਚ ਲੱਗੀ ਹੈ ਔਰ ਬਹੁਤ ਵਧੀਆ ਕੰਮ ਆ ਕਿ ਜੇ ਛੇਤੀ ਸਾਡੀ ਕਾਰਵਾਈ ਨਹੀਂ ਹੁੰਦੀ ਸੀ ਇਹ ਥੋੜਾ ਜਿਹਾ ਵੈਸੇ ਹੈ ਵਧਾਈ ਦੇ ਪਾਤਰ ਕਿ ਜਿਹੜੀ ਹੈਲਪ ਲਾਈਨ ਤੇ ਵੀ ਮੇਰੇ ਕੋਲ ਮੈਂ ਤੁਹਾਨੂੰ ਕਹਾਂ ਤਾਂ ਦਿਖਾ ਦਿੰਨਾ ਹਵਾਲਾ ਨੰਬਰ ਮੇਰੇ ਕੋਲ ਪ ਔਰ ਬਹੁਤ ਜਲਦੀ ਕਾਰਵਾਈ ਹੋ ਕੇ ਵਿਦਨ 5 ਜਾਂ 7 ਦਿਨਾਂ ਅੰਚ ਬੰਦਾ ਸਸਪੈਂਡ ਹੋਊਗਾ ਜਾਂ ਜਾਂ ਉਹਦੀ ਬਦਲੀ ਹੋਊਗੀ ਮਤਲਬ ਕੋਈ ਅਫਸਰ ਥੋੜੀ ਤੋਂ ਰਿਸ਼ਵਤ ਮੰਗਦਾ ਹੈ ਇਹ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ